ਸਤ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਨਵੀਂ ਭਰਤੀ ਅਤੇ 55% ਦੀ ਸ਼ਰਤ ਨੂੰ ਹਟਾਉਣ ਲਈ ਤੇ ਐਸਐਸਟੀ ਨੂੰ ਲੈਕਚਰਾਰ ਦੇ ਪੇਪਰ ਦੇ ਵਿੱਚ ਕੰਸਿਡਰ ਕਰਨ ਲਈ ਆਪਣੀਆਂ ਜੋ ਤਿੰਨ ਮੁੱਖ ਮੇਨ ਮੰਗਾਂ ਨੇ ਇਸ ਨੂੰ ਲੈ ਕੇ ਆਪਣਾ ਕੱਲ ਨੂੰ ਇੱਕ ਐਕਸ਼ਨ ਰੱਖਿਆ ਗਿਆ ਸੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਿਆ ਮੰਤਰੀ ਜੀ ਦੇ ਪਿੰਡ ਵਿੱਚ ਜਾ ਕੇ ਉਹਨਾਂ ਦੀ ਕੋਠੀ ਦਾ ਘਰਾਉ ਕਰਨ ਲਈ ਤਾਂ ਇਹਦੇ ਸਬੰਧ ਦੇ ਵਿੱਚ ਅਪਡੇਟ ਆਪਣੇ ਕੋਲੇ ਆ ਚੁੱਕੀ ਹੈ ਕੱਲ ਦੀ ਮੀਟਿੰਗ ਬਾਰੇ ਸੌਰੀ ਕੱਲ ਦੇ ਐਕਸ਼ਨ ਬਾਰੇ ਤੇ ਉਸ ਬਾਰੇ ਆਪਾਂ ਗੱਲਬਾਤ ਤੁਹਾਨੂੰ ਦੱਸਦੇ ਆ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮਾਸਟਰ ਕੈਟਰ ਦੀ ਹਰ ਇੱਕ ਅਪਡੇਟਸ ਲਈ ਕੋਈ ਵੀ ਮੀਟਿੰਗ ਹੁੰਦੀ ਹੈ ਸਿੱਖਿਆ ਮੰਤਰੀ ਜੀ ਨਾਲ ਕੋਈ ਐਕਸ਼ਨ ਹੁੰਦਾ ਕਿਸੇ ਵੀ ਤਰ੍ਹਾਂ ਦੀ ਅਪਡੇਟ ਆਉਂਦੀ ਹੈ ਡਿਪਾਰਟਮੈਂਟ ਵੱਲੋਂ ਤਾਂ ਉਹ ਤੁਹਾਨੂੰ ਜਾਣਕਾਰੀ ਸਾਰੀ ਵੀਡੀਓ ਪਾ ਕੇ ਦਿੱਤੀ ਜਾਊਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤੇ ਇੱਕ WhatsApp ਗਰੁੱਪ ਆਪਣਾ ਉਹਦਾ ਲਿੰਕ ਅਸੀਂ ਕਮੈਂਟ ਬਾਕਸ ਦੇ ਵਿੱਚ ਦੇਵਾਂਗੇ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਵਿੱਚ ਜਾ ਕੇ ਲਿੰਕ ਨੂੰ ਜੁਆਇਨ ਕਰ ਲਿਓ ਤਾਂ ਜਿਹੜੀ ਆਪਣੀ ਇਹਨਾਂ ਤਿੰਨ ਮੁੱਖ ਮੇਨ ਮੰਗਾ ਨਵੀਂ ਭਰਤੀ 55% ਦੀ ਸ਼ਰਤ ਅਤੇ ਐਸਐਸਟੀ ਨਿਊਜ਼ ਸਪੋਰਟਸ ਲੈਕਚਰਰ ਦੇ ਵਿੱਚ ਕਨਸਿਡਰ ਕਰਾਉਣ ਲਈ ਜਿਹੜਾ ਕੱਲ ਨੂੰ ਆਪਣਾ ਐਕਸ਼ਨ ਉਲਿੱਕਿਆ ਗਿਆ ਸੀ ਬਹੁਤ ਸਾਰਾ ਕਿਡਰੇ ਦੇ ਵਿੱਚ ਤਿਆਰ ਵੀ ਸੀ ਇਸ ਵਾਰ ਗਿਣਤੀ 4500 ਕਿਡਰੇ ਜਿਹੜਾ ਉਹ ਹੋ ਚੁੱਕਿਆ ਸੀ ਬਹੁਤ ਵੱਡੀ ਗਿਣਤੀ ਹੋਣੀ ਸੀ ਪਰ ਜਿਹੜਾ ਆਨੰਦਪੁਰ ਸਾਹਿਬ ਦਾ ਪ੍ਰਸ਼ਾਸਨ ਉਹ ਲਗਾਤਾਰ ਆਪਤਾ ਕਾਇਮ ਕਰ ਰਿਹਾ ਸੀ ਕਿ ਤੁਸੀਂ ਜੇਕਰ ਨਾ ਉਹਨੂੰ ਐਕਸ਼ਨ ਕਰੋਗੇ ਵੀ ਤਾਂ ਤੁਹਾਨੂੰ 11 ਨੂੰ ਫੇਰ ਮੀਟਿੰਗ ਮਿਲ ਜਾਣੀ ਹੈ ਇਸ ਕਰਕੇ ਤੁਹਾਨੂੰ ਅਸੀਂ ਹੁਣੇ ਮੀਟਿੰਗ ਦੇ ਦਿੰਦੇ ਆ ਤੁਸੀਂ ਇੱਕ ਵਾਰੀ ਮੀਟਿੰਗ ਲੈ ਲਓ ਤੇ ਤੁਸੀਂ ਮੀਟਿੰਗ ਵਿੱਚ ਸਿੱਖਿਆ ਮੰਤਰੀ ਨਾਲ ਜੋ ਵੀ ਤੁਹਾਡੀਆਂ ਮੰਗਾਂ ਨੇ ਉਹਦੇ ਸਬੰਧ ਦੇ ਵਿੱਚ ਗੱਲਬਾਤ ਕਰ ਲਿਓ ਤਾਂ ਉਹਦੇ ਉਸ ਨੂੰ ਦਿਖਦੇ ਹੋਏ ਜਿਹੜਾ ਆਪਣਾ ਕੱਲ ਦਾ ਐਕਸ਼ਨ ਆ ਉਹ ਫਿਲਹਾਲ ਪੋਸਟਪੋਨ ਕਰ ਦਿੱਤਾ ਗਿਆ ਕਿਉਂਕਿ ਜੇਕਰ ਆਪਾਂ 9 ਨੂੰ ਐਕਸ਼ਨ ਕਰਦੇ ਤਾਂ 9 ਨੂੰ ਐਕਸ਼ਨ ਕਰਨ ਤੋਂ ਬਾਅਦ ਵੀ ਆਪਾਂ ਨੂੰ 11 ਤਰੀਕ ਨੂੰ ਮੀਟਿੰਗਾਂ ਵੈਸੇ ਹੀ 18 ਯੂਨੀਅਨਾਂ ਦੀਆਂ ਹੈਗੀਆਂ ਨੇ ਤਾਂ ਉਹਦੇ ਵਿੱਚ ਆਪਾਂ ਨੂੰ ਵੀ ਮੀਟਿੰਗ ਮਿਲ ਜਾਣੀ ਸੀ ਇਸ ਕਰਕੇ ਇਸ ਚੀਜ਼ ਨੂੰ ਦੇਖਦੇ ਹੋਏ ਫਿਲਹਾਲ ਜਿਹੜਾ ਇਹ ਪੋਸਟਪੋਨ ਕਰ ਦਿੱਤਾ ਗਿਆ ਤੇ ਨਾਲ ਹੀ ਸਾਰੇ ਕਿਟਰ ਨੂੰ ਇਹ ਬੇਨਤੀ ਹੈ ਕਿ ਜੇਕਰ ਆਪਣਾ 11 ਤਰੀਕ ਨੂੰ ਆਪਣੀ 55% ਦੀ ਸ਼ਰਤ ਨਵੀਂ ਭਰਤੀ ਦੀ ਹਾਮੀ ਅਤੇ ਐਸਐਸਟੀ ਵਾਲੀ ਗੱਲ ਤੇ ਜੇਕਰ ਆਪਣੀ ਪੋਜੀਟਿਵ ਗੱਲਬਾਤ ਨਾ ਰਹੀ ਤਾਂ ਆਪਾਂ ਸਾਰੇ ਸਾਥੀ ਇਹ ਚੀਜ਼ ਤੇ ਧਿਆਨ ਦੇਣ ਕਿ ਆਪਾਂ ਇਸ ਤੋਂ ਬਾਅਦ ਆਪਾਂ ਜਲੰਧਰ ਜਿਹੜੀ ਜਿਮਨੀ ਚੋਣ ਹੋਣ ਜਾਣੀ ਹੈ ਤਾਂ ਉੱਥੇ ਸਰਕਾਰ ਦੇ ਵਿਰੁੱਧ ਪੱਕਾ ਮੋਰਚਾ ਪੱਕਾ ਧਰਨਾ ਲਾਵਾਂਗੇ ਜਲੰਧਰ ਵਿੱਚ ਜਾ ਕੇ ਤੇ ਇੱਕ ਵੱਡਾ ਐਕਸ਼ਨ ਕਰਾਂਗੇ ਸੋ ਸਾਰੇ ਸਾਥੀਆਂ ਨੂੰ ਮੈਂ ਬੇਨਤੀ ਹੈ ਕਿ ਸਾਰੇ ਸਾਥੀ ਇਸੇ ਤਰ੍ਹਾਂ ਯੂਨੀਅਨ ਨਾਲ ਤੇ ਸਾਡੇ ਚੈਨਲ ਨਾਲ ਜੁੜੇ ਰਹਿਣ ਜਦੋਂ ਵੀ ਇਹਦੇ ਸਬੰਧ ਦੇ ਵਿੱਚ ਕੋਈ ਅਪਡੇਟ ਆਊਗੀ ਕਿ ਆਪਣੀ ਮੀਟਿੰਗ ਕਿਸ ਤਰ੍ਹਾਂ ਰਹੀ ਉਹਦੀ ਜਾਣਕਾਰੀ ਵੀ ਆਪਾਂ ਤੁਹਾਨੂੰ ਵੀਡੀਓ ਪਾ ਕੇ ਦੇ ਦਾਂਗੇ ਤੇ ਨਹੀਂ ਆਪਾਂ ਜਲੰਧਰ ਵਿਖੇ ਪੱਕਾ ਮੋਰਚਾ ਲਾਵਾਂਗੇ ਪੱਕਾ ਧਰਨਾ ਲਾਵਾਂਗੇ ਤੇ ਇਸ ਕਰਕੇ ਸਾਰੇ ਗੱਡਰ ਨੂੰ ਬੇਨਤੀ ਹੈ ਕਿ ਤੁਸੀਂ ਪਹਿਲਾਂ ਆਪਣੀ ਜਿਹੜੇ ਯੂਨੀਅਨ ਆਗੂ ਨੇ ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਪੂਰੀ ਤਰ੍ਹਾਂ ਯੂਨੀਅਨ ਨਾਲ ਜੁੜ ਜਾਓ ਤਾਂ ਕਿ ਆਪਣੇ ਕੋਲੇ ਕਿਡਰ ਜਿਹੜਾ 500 700 ਦੀ ਗਿਣਤੀ ਵਿੱਚ ਹੋ ਜੇ ਕਿਉਂਕਿ ਪਿਛਲੀ ਵਾਰੀ 55% ਦੀ ਸ਼ਰਤ ਨੂੰ ਹਟਾਉਣ ਲਈ 700 ਬੰਦਾ ਸੀਗਾ ਤਾਂ ਕਿਤੇ ਜਾ ਕੇ ਕ੍ਰਿਸ਼ਨ ਕੁਮਾਰ ਅਤੇ ਵਿਜੇਂਦਰ ਸਿੰਘ ਨੇ ਗੱਲ ਜਿਹੜੀ ਉਹ ਮੰਨੀ ਸੀ ਬੀਏ ਦੇ ਵਿੱਚੋਂ ਤੁਹਾਡੇ ਜੇਕਰ 55% ਤੋਂ ਨੰਬਰ ਘਟਨੇ ਤਾਂ ਤੁਸੀਂ ਮਾਸਟਰ ਕਿਡਰ ਦੀ ਨਵੀਂ ਭਰਤੀ ਜੋ ਕਿ ਇਸ ਸਾਲ ਵਿੱਚ ਆਉਣੀ ਹੈ ਇਹ ਵੀ ਬਿਲਕੁਲ ਕਨਫਰਮ ਹੈ ਕਿ ਭਰਤੀ ਆਊਗੀ ਤੁਸੀਂ ਉਹਦੇ ਵਿੱਚ एलिਜੀਬਲ ਨਹੀਂ ਮੰਨੇ ਜਾਣੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਕੇ ਚੈਨਲ ਨਾਲ ਜੁੜੇ ਰਹੋ ਤੇ ਮਾਸਟਰ ਕਿਡਰ ਦੀ ਹਰ ਇੱਕ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਫਿਲਹਾਲ ਦੇ ਲਈ ਆਪਣਾ ਜਿਹੜਾ ਧਰਨਾ ਇਹ ਪੋਸਟਪੋਨ ਕਰ ਦਿੱਤਾ ਗਿਆ 11 ਤਰੀਕ ਨੂੰ ਆਪਾਂ ਨੂੰ ਮੀਟਿੰਗ ਮਿਲ ਚੁੱਕੀ ਹੈ ਜੋ ਵੀ ਇਹਦੀ ਜਾਣਕਾਰੀ ਹੋਗੀ ਮੀਟਿੰਗ ਦੀ ਉਹ ਅਸੀਂ ਵੀਡੀਓ ਪਾ ਕੇ ਤੁਹਾਨੂੰ ਸਾਰੀ ਜਾਣਕਾਰੀ ਦੇ ਦਾਂਗੇ ਥੈਂਕ ਯੂ